ਹਾਂਜੀ ਨਮਸਕਾਰ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਟੀਚਿੰਗ ਗੁਰੂ ਦੇ ਉੱਤੇ ਤਾਂ ਅੱਜ ਆਪਾਂ ਗੱਲ ਕਰਾਂਗੇ ਕਿ ਸੈਕੰਡ ਲਿਸਟ ਜਿਹੜੀ ਹੈਗੀ ਹੈ ਉਹ ਜਾਰੀ ਕੀਤੀ ਗਈ ਹੈ ਜਿਹੜਾ ਕਿ ਤੁਹਾਡੇ ਇਗਜ਼ਾਮ ਹੋਏ ਸੀਗੇ ਜੇਲ ਬੋਰਡਨ ਦੇ ਤੇ ਉਹਦੇ ਫਿਜ਼ੀਕਲ ਹੋਣ ਤੋਂ ਬਾਅਦ ਕੁਝ ਬੱਚੇ ਜਿਹੜੇ ਹੈਗੇ ਨੇ ਜੁਆਇਨ ਨਹੀਂ ਕੀਤਾ ਉਹਨਾਂ ਨੇ ਤਾਂ ਉਹਨਾਂ ਦੇ ਹੁਣ ਜਿਹੜੀ ਹੈਗੀ ਸੈਕੰਡ ਲਿਸਟ ਜਿਹੜੀ ਜਾਰੀ ਕਰ ਦਿੱਤੀ ਗਈ ਹੈ ਅੱਗੇ ਵਾਲੇ ਬੱਚਿਆਂ ਲਈ ਤੁਸੀਂ ਦੇਖ ਸਕਦੇ ਹੋ ਦੇਖੋ ਦਫਤਰ ਵਿਧਿਕ ਡਾਇਰੈਕਟਰ ਜਨਰਲ ਆਫ ਪੁਲਿਸ ਜੀਲ ਪੰਜਾਬ ਚੰਡੀਗੜ੍ਹ ਪਾਸੋਂ ਨੋਨ ਜੁਆਇਨਿੰਗ ਦੇ ਪ੍ਰਾਪਤ ਵੇਰਵਿਆਂ ਸਾਰ ਵੱਖ-ਵੱਖ ਸ਼੍ਰੇਣੀਆਂ ਦੇ ਕੇਵਲ ਸਰੀਰਿਕ ਮਾਪ ਟੈਸਟ ਅਤੇ ਸਰੀਰਕ ਯੋਗਤਾ ਟੈਸਟ ਪਾਸ ਯੋਗ ਪਾਏ ਗਏ ਉਮੀਦਵਾਰ ਨੂੰ ਹਿੱਟ ਸਾਰਣੀ ਵਿੱਚ ਦਰਜ ਕਟ-ਆਫ ਮੈਰਿਟ ਮੁਤਾਬਿਕ ਦਫਤਰ ਅਧਿਨ ਸੇਵਾਵਾਂ ਚੌਂਨ ਬੋਰਡ ਪੰਜਾਬ ਪੰਨ ਭਵਨ ਸੈਕਟਰ 68 ਮੁਹੱਲੀ ਵਿਕੇ ਕਾਲਜ ਡੀ ਵਿੱਚ ਨਿਯਮਤ ਨਿਯਤ ਦਿਨ ਅਤੇ ਸਮੇਂ ਅਨੁਸਾਰ ਕਾਉਂਸਲਿੰਗ ਲਈ ਬੁਲਾਇਆ ਜਾਂਦਾ ਹੈ ਹੁਣ ਇਹਨਾਂ ਦੀ ਕਾਉਂਸਲਿੰਗ ਹੋਊਗੀ ਆਹ ਦੇਖ ਲਓ ਹੁ ਮੈਟਰਨ ਇਸਤਰੀ ਉਮੀਦਵਾਰ ਲਈ ਜਨਰਲ ਦੇ ਵਿੱਚ ਜਿਹਦੇ ਕੱਟ ਆਫ ਮੈਰਿਟ ਨੇ 401 ਤੋਂ ਲੈ ਕੇ 484 ਤੱਕ ਉਹ ਜਾਣਗੇ 5 12 2022 ਨੂੰ ਸਵੇਰੇ 10 ਵਜੇ EWS 401 ਤੋਂ 508 SC/MB 401 ਤੋਂ 422 SC/RO 401 ਤੋਂ 500 BC 401 ਤੋਂ 452 ਇਹ ਸਾਰੇ ਨੂੰ ਸਵੇਰੇ 10 ਵਜੇ ਜਾਣਾ ਹੈ 5 ਤਰੀਕ 12ਵਾਂ ਮਹੀਨਾ 2022 ਨੂੰ ਯਾਨੀ ਕਿ ਉਸ ਦਿਨ ਹੋਊਗਾ ਸੋਮਵਾਰ ਸੋਮਵਾਰ ਨੂੰ ਤੁਸੀਂ ਸਾਰੇ ਜਾਣਾ ਹੈ ਉਸ ਤੋਂ ਬਾਅਦ ਬਾਰਡਰ ਹੈ ਜਿਹੜੇ ਕਿ ਮੇਲ ਵਾਸਤੇ ਸੀ ਪੂਰੇ ਉਮੀਦਵਾਰ ਜਨਰਲ ਦੀ ਜਿਹੜੀ ਹੈਗੇ ਕੱਟ-ਆਫ 503 ਤੋਂ ਲੈ ਕੇ 528 ਠੀਕ ਹੈ ਉਹਨਾਂ ਨੂੰ ਜਾਣਾ ਹੈ 5/12/2022 ਸਵੇਰੇ 11:00 ਵਜੇ ਤੇ ਜਿਹਦੀ ਹੈਗੀ 485 ਤੋਂ 4503 ਉਹਨਾਂ ਨੂੰ ਜਾਣਾ ਹੈ ਦਫੇਰ 12:00 ਵਜੇ 5/12/2022 ਨੂੰ ਇੱਕ ਇੱਕ ਘੰਟੇ ਦਾ ਡਿਫਰੈਂਸ ਹੈ ਜਨਰਲ ਕੈਟੇਗਰੀ ਉਸ ਤੋਂ ਬਾਅਦ ਅੱਗੇ 472 ਤੋਂ 485 454 ਤੋਂ 477 443 ਤੋਂ 454 ਆਪਣੇ ਆਪਣੇ ਡੇਟ ਤੇ ਟਾਈਮ ਦੇ ਹਿਸਾਬ ਨਾਲ ਤੁਸੀਂ ਚਲੇ ਜਾਣਾ ਐਵੇਂ ਈਡਬਲਯੂਐਸ ਐਸਸੀਐਮਬੀ ਐਸਐਮ ਐਸਐਮ ਜਨਰਲ ਐਸਐਮ ਆਰਓ ਐਸਐਮ ਬੀਸੀ ਸੈਲਫ ਐਸਐਮ ਬੀਸੀ ਡਿਪੈਂਡੈਂਟ ਇਹ ਸਾਰੇ ਜਿਹੜੇ ਹੈਗੇ ਨੇ ਆਪਣੇ ਆਪਣੇ ਤੁਸੀਂ ਜਿਹੜੇ ਟਾਈਮ ਦੇ ਮੁਤਾਬਿਕ ਤੇ ਡੇਟ ਦੇ ਮੁਤਾਬਿਕ ਉੱਤੇ ਚਲੇ ਜਾਣਾ ਕਾਉਂਸਲਿੰਗ ਪ੍ਰੀਖਿਆ ਦੀ ਹਦਾਇਤਾਂ ਪਹਿਲੇ ਹੀ ਬੋਰਡ ਦੀ ਵੈਬਸਾਈਟ ਦੇ ਉੱਤੇ ਪਾ ਦਿੱਤੀਆਂ ਗਈਆਂ ਨੇ ਤਾਂ ਇਹ ਨੋਟਿਸ ਆਇਆ ਜੀ ਸਾਰਿਆਂ ਨੂੰ ਜਾਣਾ ਕਿ ਇੱਥੇ ਅਦੀਨ 1 ਭਵਨ ਸੈਕਟਰ 68 ਮੋਹੱਲੀ ਠੀਕ ਹੈ ਜੀ ਇੱਥੇ ਆਪਣੇ ਸਾਰੇ ਜਿਹੜੇ ਡਾਕੂਮੈਂਟ ਨੇ ਉਹ ਲੈ ਕੇ ਤੁਸੀਂ ਜਾਣਾ ਤੁਹਾਡੀ ਜਿਹੜੀ ਕਾਉਂਸਲਿੰਗ ਉਹ ਹੋਵੇਗੀ ਤੇ ਇਹਦਾ ਜਿਹੜਾ ਲਿੰਕ ਹੈ ਸਾਨੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦਿੱਤਾ ਗਿਆ ਤੇ ਨਾਲ ਹੀ ਸਾਡੇ ਤੁਸੀਂ ਟੈਲੀਗ੍ਰam ਗਰੁੱਪ ਦੇ ਵਿੱਚ ਜੁਆਇਨ ਹੋ ਸਕਦੇ ਹੋ ਉਹਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੇ ਕਿਸੇ ਨੂੰ ਕੁਝ ਪੁੱਛਣਾ ਹੋਵੇ ਤਾਂ ਨੀਚੇ ਕਮੈਂਟ ਕਰਕੇ ਉਹ ਪੁੱਛ ਸਕਦਾ ਧੰਨਵਾਦ